ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਬਾਧੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਸਰਕਾਰੀ ਮਲਾਈਮਾਂ ਦੇ ਲਈ ਖੁਸ਼ ਖਬਰੀ ਸ੍ਰੀਮਾ ਭਗਵਾਨਤਮਾਨ ਦੇ ਹੁਕਮਾਂ ਮਹੀਨੇ ਦੇ ਅੰਦਰ ਅੰਦਰ ਕਰੋ ਪ੍ਰਮੋਸ਼ਨਾਂ ਸਾਨੂੰ ਸੋ ਸਰਕਾਰੀ ਮੁਲਾਜ਼ਮਾਂ ਦੇ ਲਈ ਖੁਸ਼ਖਬਰੀਆ ਪੰਜਾਬ ਸਰਕਾਰ ਦੇ ਵੱਲੋਂ ਜਲਦੀ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣੀਆਂ ਤੇ ਇਸ ਸੰਬੰਦੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਮੁਲਾਜ਼ਮਾਂ ਜਾਂ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਸਾਰੇ ਲੰਬਤ ਪਏ ਕਿਸਾਂ ਦਾ ਨਵੇੜਾ ਇੱਕ ਮਹੀਨੇ ਦੇ ਵਿੱਚ ਕਰ ਦਿੱਤਾ ਜਾਏਗਾ ਪਰਸਨਲ ਵਿਭਾਗ ਇਸ ਮਾਮਲੇ ਨੂੰ ਲੈ ਕੇ ਸਖਤ ਹੋ ਗਿਆ ਵਿਭਾਗ ਨੇ ਇਸ ਸੰਬੰਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਭੇਜ ਕੇ ਪਹਿਲ ਦੇ ਆਧਾਰ ਤੇ ਕਾਰਬੇ ਕਰਨ ਦੇ ਹੁਕਮ ਜਾਰੀ ਕੀਤੇ ਅੰਤਿਅਤ ਦੇ ਨਾਲ ਹੀ ਕੇਸਾਂ ਦੇ ਨਿਬੇੜੇ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਵੀ ਸੌਂਪਣੀ ਹੋਵੇਗੀ ਜਲੰਧਰ ਆਪਾ ਚੋਣ ਦੇ ਮਕਾਮਲ ਹੋਣ ਤੋਂ ਬਾਅਦ ਸੂਬਾ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਸਰਕਾਰ ਨੇ ਕਰਮਚਾਰੀਆਂ ਨੂੰ ਖੁਸ਼ਚਾ ਕਰਨ ਦੇ ਲਈ ਪ੍ਰਮੋਸ਼ਨ ਦੇ ਕੇਸਾਂ ਦਾ ਜਲਦ ਨਿਬੇੜਾ ਕਰਨ ਦੇ ਹੁਕਮ ਦਿੱਤੇ ਹਨ ਤੇ ਦਰਅਸਲ ਸਰਕਾਰ ਦੇ ਵੱਲੋਂ ਦਸੰਬਰ 2023 ਦੇ ਵਿੱਚ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਇਸ ਵਿੱਚ ਬਾਕਵਾਕਾ ਕਾ ਕਾਰਡਰਾਂ ਦੇ ਅਧਿਕਾਰੀਆਂ ਨੂੰ 2 ਮਹੀਨਿਆਂ ਦੇ ਅੰਦਰ-ਅੰਦਰ ਤਰੱਕੀਆਂ ਕਰਨ ਦੇ ਲਈ ਕਿਹਾ ਗਿਆ। ਹੁਣੇ-ਹੁਣੇ ਪੰਜਾਬ ਤੋਂ ਆਈ ਵੱਡੀ ਖਬਰ ਅਮਰਤਾ ਪਾਲ ਸਿੰਘ ਦਾ ਪਰਾ ਗ੍ਰফতার ਜਾਣੂ ਕੀਆ ਪੂਰਾ ਮਾਮਲਾ। ਪੰਜਾਬ ਤੋਂ ਵੱਡੀ ਖਬਰ ਆ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕਾ ਪੰਜਾਬ ਦੇ ਖਡੂਰਾ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਤਾ ਪਾਲ ਸਿੰਘ ਦੇ ਪਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਇਸ ਗੱਲ ਦੀ ਪੁਸ਼ਟੀ ਐਸਐਸਪੀ ਅੰਕਰ ਗਪਤਾਨ ਨੇ ਕਿਹਾ ਉਹਨਾਂ ਨੇ ਕਹਿ ਕੇ ਜਲਦੀ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਐਸਐਸਪੀ ਅੰਕਰ ਗਪਤਾਨ ਦੱਸਿਆ ਕਿ ਅਸੀਂ ਹਰ ਪ੍ਰੇਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਲਦੀ ਅਸੀਂ ਤੁਹਾਡੇ ਨਾਲ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਅਸੀਂ ਹਰ ਪ੍ਰੇਤਾ ਕੋਲ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਫਿਲਹਾਲ ਉਹਨਾਂ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਕਿ ਕਿੰਨੀਆਂ ਨਸ਼ੀਲੀਆਂ ਦਵਾਈਆਂ ਫੜੀਆਂ ਗਈਆਂ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਿਸਾਨਣ ਕੀਤਾ ਵੱਡਾ ਐਲਾਨ ਮੜ ਸ਼ੁਰੂ ਹੋਵੇਗਾ ਕਿਸਾਨ ਅੰਦੋਲਨ ਸੰਜੋਗ ਤੱਕ ਕਿਸਾਨ ਮੋਰਚਾ ਐਸਕੇਮ ਨੇ ਐਲਾਨ ਕੀਤਾ ਕਿ ਉਹ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਿਸਾਨ ਕਰਜ਼ਾ ਮਾਫੀ ਸਮੇਤ ਹੋਰ ਲੰਬਾਈਤਾ ਮੰਗਾਂ ਦੇ ਲਈ ਅੰਦੋਲਨ ਮੋਰਚਾ ਸ਼ੁਰੂ ਕਰੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤੇ ਲੋਕ ਸਭਾ ਦੇ ਬੈਅਤਿਆ ਵਿਰੁੱਧ ਦੇ ਨੇਤਾ ਰਾਹੁਲ ਗਾਂਧੀ ਨੂੰ ਇੱਕ ਮੰਗ ਪੱਤਰ ਸੌਂਪੇਗਾ ਕਿਸਾਨ ਅਗੋ ਤੇਜਵੀਰ ਸੰਘਾ ਪੰਜੋ ਖਰਾਨੇ ਦੱਸਿਆ ਹੈ ਕਿ 14 ਜੁਲਾਈ ਨੂੰ ਯੂਨਾਈਟਿਡ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਅਹੁਦੇਦਾਰਾਂ ਦੀ अहम ਮੀਟਿੰਗ ਹੋਵੇਗੀ ਤੇ ਜਿਸ ਵਿੱਚ ਦਿੱਲੀ ਮਾਰਚ ਬਾਰੇ ਫੈਸਲਾ ਲਿਆ ਜਾਵੇਗਾ 9 ਅਗਸਤ ਨੂੰ ਕਰਨਗੇ ਦੇਸ਼ ਵਿਆਪੀ ਪ੍ਰਦਰਸ਼ਨ ਜੱਤੇਵੰਦੀ ਨੇ ਕਹਿ ਕੇ 9 ਅਗਸਤ ਨੂੰ ਐਸਕੇਐਮ ਆਪਣੀਆਂ ਮੰਗਾਂ ਦੇ ਹੱਕ ਰਹਿਤ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਕੇ ਭਾਰਤ ਛੱਡੋ ਦਿਵਸ ਨੂੰ ਕਾਰਪੋਰੇਟ ਭਾਰਤ ਛੱਡੋ ਦਿਵਸ ਵੱਜੋਂ ਮਨਾਏਗਾ ਅਗਲੀ ਖਬਰਾਂ ਸੁਵੇ ਦੇ ਵਿਚ ਹਾਲੇ ਵੀ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ ਨਗਰ ਨਿਗਮ ਇਲੈਕਸ਼ਨ ਤੇ ਵੀ ਪਵੇਗਾ ਅਸਰ ਆ ਬਣਿਆ ਅਸਲ ਕਾਰਨ ਪੰਜਾਬ ਦੇ ਵਿੱਚ ਸਰਪੰਚ ਬਣ ਦਾ ਇੰਤਜ਼ਾਰ ਕਰ ਰਹੇ ਵਿਅਕਤੀਆਂ ਨੂੰ ਹਾਲੇ ਹੋਰ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਸੁਵੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਨਾਲ ਸੰਬੰਧੇ ਹਾਲੇ ਤੱਕ ਸਰਕਾਰ ਦੇ ਕੋਈ ਰਣਨੀਤੀ ਨਹੀਂ ਹੈ ਇਹਦਾ ਮੁੱਖ ਕਾਰਨ ਇਹ ਹੈ ਕਿਉਣ ਵਾਲੀਆਂ ਚਾਰ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਚੂਨਾ ਕਮਿਸ਼ਨ ਦੇ ਵੱਲੋਂ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਅਤੇ ਚੱਬੇਬਾਲ ਦੀ ਜਿਮਣੀ ਚੋਂਦਾ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਚੂਨਾ ਦਾ ਐਲਾਨ ਹੁੰਦੇ ਸਾਰ ਹੀ ਪੰਜਾਬ ਸਰਕਾਰ ਨੇ ਇਹਨਾਂ ਚੂਨਾਂ ਦੇ ਵਿੱਚ ਰੁੱਝ ਜਾਣਾ ਤੇਜਸ ਕਰਕੇ ਪੰਚਾਇਤੀ ਅਤੇ ਨਗਮ ਚੂਨਾ ਬਾਅਦ ਦੇ ਵਿੱਚ ਹੋਣ ਦੀ ਸੰਭਾਵਨਾ ਤੇ ਪੰਚਾਇਤੀ ਚੂਨਾਂ ਦੇ ਬਾਗ ਨਗਰ ਨਗਮ ਦੀਆਂ ਚੂਨਾ ਵੀ ਪੈਂਡਿੰਗ ਪਈਆਂ ਹੋਈਆਂ ਹਨ ਹਰ ਸਾਲ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਵਜੋਂ ਮਨਾਉਣ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਸ਼ੁਕਰਵਾਰ ਨੂੰ ਲਾਂਨ ਕੀਤਾ ਕਿ ਹੁਣ ਹਰ ਸਾਲ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਵਜੋਂ ਮਨਾਇਆ ਜਾਵੇਗਾ ਮਨ ਵਿੱਚ ਇਹ ਸਵਾਲ ਉੱਠਣਾ ਸੁਭਾਵਕ ਹੈ ਕਿ ਗ੍ਰਹਿ ਮੰਤਰੀ ਨੇ ਅਜਿਹਾ ਕਿਉਂ ਕਿਹਾ ਦਰਅਸਲ 25 ਜੂਨ 1975 ਨੂੰ ਦੇਸ਼ ਦੇ ਵਿੱਚ ਐਮਰਜੈਂਸੀ ਲਗਾਈ ਗਈ ਸੀ ਇਹੀ ਕਾਰਨ ਹੈ ਕਿ ਕਾਂਗਰਸ ਦੇ ਤਤਕਾਲੀ ਇੰਦਰਾ ਗਾਂਧੀ ਸਰਕਾਰ ਦੇ ਵੱਲੋਂ ਕੀਤੇ ਗਏ ਐਸਾ ਕਾਰੇਬਾਰੇ ਸਭ ਨੂੰ ਬਾਰ-ਬਾਰ ਯਾਦ ਕਰਵਾਉਣ ਦੇ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਅਮਿਤ ਸ਼ਾਣੀ ਆਪਣੇ ਅਧਿਕਾਰਤ ਐਕਸ ਹੈਂਡਲ ਦੇ ਰਾਹੀਂ ਇਹ ਐਲਾਨ ਕੀਤਾ ਕਾਂਗਰਸ ਪਾਰਟੀ ਨੇ ਬਾਰ-ਬਾਰ ਭਾਈਪਾ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੰਵਿਧਾਨ ਨੂੰ ਬਦਲਣ ਦਾ ਦੋਸ਼ ਲਗਾਇਆ ਸਰਕਾਰ ਦੇ 400 ਨੂੰ ਪਾਰ ਕਰਨ ਦੇ ਨਾਅਰੇ ਤੇ ਕਾਂਗਰਸ ਨੇ ਕਿਹਾ ਸੀ ਕਿ ਉਹਨਾਂ ਨੂੰ ਸੰਵਿਧਾਨ ਬਦਲਣ ਦੇ ਲਈ ਹੀ 400 ਸੀਟਾਂ ਚਾਹੀਦੀਆਂ ਹਨ ਤੇ ਹੁਣ ਕਾਂਗਰਸ ਦੀ ਇਸ ਮਹਿੰਮ ਨੂੰ ਨਾਥਾ ਪਾਉਣ ਦੇ ਲਈ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਹੁਣ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਜਾਵੇਗਾ ਚਲਾਨ ਲੈ ਕੇ ਹੁਕਮ ਵੀ ਕੀਤੇ ਗਏ ਜਾਰੀ ਡਰਾਈਵਰਾਂ ਦੇ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਬਣੇ ਸਨਰੂਪ ਤੋਂ ਨਿਕਲ ਕੇ ਸ਼ੋਰ ਮਚਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਇਸ ਸਬੰਦੇ ਲੈ ਕੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ਪੰਜਾਬ ਪੁਲਿਸ ਦੇ ਵਿਧੇਕਾ ਡਾਇਰੈਕਟਰ ਜਨਰਲ ਨੇ ਇਸ ਸਬੰਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਪੱਤਰ ਜਾਰੀ ਕੀਤਾ ਪੱਤਰ ਦੇ ਵਿੱਚ ਇਹ ਕਿਹਾ ਗਿਆ ਕਿ ਬੱਚੇ ਕਾਰਾਂ ਦੇ ਛਤ ਤੇ ਸਨਰੂਪ ਦੇ ਰਾਈ ਨਕਲ ਧាន ਤੇ ਰਾਟਰੇ ਰਾਜਮਾਰਗ ਰਾਜ ਅਤੇ ਸ਼ਹਿਰ ਦੇ ਵਿੱਚ ਰੌਲਾ ਪਾਉਂਦੇ ਹਨ ਤੇ ਜਿਸ ਦੇ ਕਾਰਨ ਵਾਹਨ ਚਾਲਕ ਦਾ ਧਿਆਨ ਭਟਕ ਜਾਂਦਾ ਤੇ ਹਾਰਸੇ ਦਾ ਡਰ ਬਣਿਆ ਰਹਿੰਦਾ ਤਹਾਦੇ ਖਲਾਫ ਬੈਂਗਲੁਰੂ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤੇ ਜਾ ਰਹੇ ਤੇ ਇਸ ਤਹਿਤ ਤਾਂ ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਚੈਕਿੰਗ ਦੇ ਦੌਰਾਨ ਕੋਈ ਅਜਾਹੀ ਗੱਲ ਉਹਨਾਂ ਦੇ ਧਿਆਨ ਦੇ ਬਹਿਚਾਉਂਦਿਆ ਤਾਂ ਉਹਨਾਂ ਦੇ ਵਿਰਾਦਾ ਮੋਟਰ ਵਾਹਨ ਐਕਟ ਤਹਿਤ ਕਾਰਵਾਈ ਕੀਤੀ ਜਾਵੇ ਆਮ ਆਦਮੀ ਦੇ ਰਸੋਈ ਦਾ بگੜਿਆ ਬਾਜ਼ਾਰ ਤੇ ਮੌਸਮ ਦੇ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ ਰੇਟ ਲਿਸਟਾ ਕਰ ਦਵੇਗੀ ਹੈਰਾਨ ਮੀਂਹ ਦੇ ਕਾਰਨ ਸਬਜ਼ੀਆਂ ਦੀ ਫਸਲ ਪ੍ਰਭਾਵਿਤ ਹੋਈ ਅਤੇ ਇਸ ਸਮੇਂ 80% ਦੇ ਕਰੀਬ ਸਬਜ਼ੀਆਂ ਦੂਜੇ ਰਾਜਾਂ ਤੋਂ ਆ ਰਹੀਆਂ ਤਸ ਦਾ ਅਸਰ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਬਾਜ਼ਾਰ ਦੇ ਰੂਪ ਦੇ ਵਿੱਚ ਆ ਦੇਖਣ ਨੂੰ ਮਿਲਿਆ ਤੇ ਕੁਝ ਸਮਾਂ ਪਹਿਲਾਂ 30 ਤੋਂ 40 ਰੁਪਏ ਕਿਲੋ ਵੇਕਣ ਵਾਲਾ ਟਮਾਟਰ ਅੱਜ ਕੱਲ 70 ਤੋਂ ਲੈ ਕੇ 80 ਰੁਪਏ ਕਿਲੋ ਵੇਕ ਰਿਹਾ ਹੈ। ਇਸ ਤੋਂ ਇਲਾਵਾ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਵਾਧਾ ਲੋਕਾਂ ਨੂੰ ਦੁਖੀ ਕਰ ਰਿਹਾ ਹੈ। ਮਹਿੰਗਾਈ ਦੇ ਕਾਰਨ ਆਲੂਦਾਰ ਜਾਣ ਵੀ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਹਫ਼ਤਾ ਪਹਿਲਾਂ 30 ਰੁਪਏ ਕਿਲੋ ਵੇਕਣ ਵਾਲਾ ਪਿਆਜ਼ ਹੁਣ 50 ਰੁਪਏ ਪ੍ਰਤੀ ਕਿਲੋ ਵੇਕ ਰਿਹਾ ਅਤੇ ਚਪਸੋਨਾ ਆਲੂ ਜੋ ਕਿ 25 ਰੁਪਏ ਕਿਲੋ ਵੇਕ ਰਿਹਾ ਤੇ ਹੁਣ 40 ਰੁਪਏ ਕਿਲੋ ਵੇਕ ਰਿਹਾ ਹੈ। ਭਿੰਡੀ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚੇ ਇਸ ਤੋਂ ਇਲਾਵਾ ਮਹਿੰਗਾਈ ਨੇ ਪੂਰਾ ਸਬਜ਼ੀਆਂ ਨੂੰ ਬੇਪ੍ਰਭਾਵਿਤ ਕੀਤਾ ਸਵੇਰ ਵੇਲੇ ਪੈਦਾ ਹੋਣ ਵਾਲੀ ਲੈਡੀ ਫਿੰਗਰ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਮੰਡੀ ਦੇ ਵਿੱਚ ਸਬਜ਼ੀਆਂ ਦੇ ਭਾਅ ਵਧਣ ਤੋਂ ਬਾਅਦ ਲੋਕਾਂ ਨੇ ਵੀ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ ਸਬਜ਼ੀਆਂ ਨੇ ਮੰਗ ਨੂੰ ਪੂਰਾ ਕਰਨ ਦੇ ਲਈ ਥੋਕਾ ਵਕਰੇਤਾ ਦੂਜੇ ਰਾਜਾਂ ਤੋਂ ਮੰਗ ਕਰਾਂ ਤੇ ਜਲੰਧਰ ਦੇ ਵਿੱਚ 80% ਸਬਜ਼ੀਆਂ ਹਿਮਾਚਲ ਗੁਜਰਾਤ ਤੇ ਦਿੱਲੀ ਤੋਂ ਸਪਲਾਈ ਹੋ ਰਹੀਆਂ ਹਨ ਨਵੇਂ ਰਾਸ਼ਨ ਕਾਰਡ ਬਣਨੇ ਸ਼ੁਰੂ ਕੈਂਪ ਦੇ ਵਿੱਚ ਕਾਰਡ ਬਣਾਉਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ ਨਵੇਂ ਨੋਸਤ ਪੰਜਾਬ ਸਰਕਾਰ ਦੇ ਦੇਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਲਾਕ ਉਸਨਾਮ ਇੱਕ ਦੇ ਪਿੰਡਾਂ ਦੇ ਵਿੱਚ ਨਵੇਂ ਰਾਸ਼ਨ ਕਾਰਡ ਬਣਵਾਉਣ ਦੇ ਸਬੰਧੀ ਸੀਡੀ ਪੀਓ ਰੇਖਾ ਰਣਦੇਆ ਗਵਾਈ ਦੇ ਹੇਠਾ ਸੁਪਰਵਾਈਜ਼ਰ ਦਰਸ਼ਨਾ ਦੇਵਿਤ ਵੱਲੋਂ ਪਿੰਡ ਫਲੇਡਾ ਵਿਖੇ ਲਗਾਇਆ ਗਿਆ ਜਦ ਵਿੱਚ ਇਹ ਸ਼ਰਮ ਕਾਰਡ ਦੇ ਲਾਭਪਾਤਰਾਂ ਦੇ ਸਨਾਖਤ ਕਰਕੇ ਸਰਕਾਰ ਦੇ ਬੁੱਲ ਲਿਸਟ ਤਿਆਰ ਕਰਕੇ ਨਵੇਂ ਰਾਸ਼ਨ ਕਾਰਡ ਬਣਾਉਣ ਦੇ ਸਬੰਧੇ ਅਰਜ਼ੀਆਂ ਦੀ ਮੰਗ ਕੀਤੀ ਗਈ ਜਸ ਵਿੱਚਾ ਤਕਰੀਬਨ 8 ਲਾਪਾਤਰੀਆਂ ਦੇ ਰਾਸ਼ਨ ਕਾਰਡ ਬਣਾਉਣ ਦੇ ਲਈ ਅਰਜ਼ੀਆਂ ਲਈਆਂ ਗਈਆਂ ਗੀਆਂ ਹਨ ਜਿਨ੍ਹਾਂ ਦੇ ਵਿੱਚ ਜੋ ਗ ਲਾਪਾਤਰੀਆਂ ਦੇ ਸਨਾਖਤ ਕਰਕੇ ਕਾਰਡ ਬਣਵਾਉਣ ਦੇ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਅਰਜ਼ੀਆਂ ਤਸਦੀਕ ਕਰਨ ਦੇ ਲਈ ਭੇਜ ਦਿੱਤੀਆਂ ਗਈਆਂ ਤੇ ਲੋਕਾਂ ਨੇ ਬਲੋ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ ਇਸ ਮੌਕੇ ਆਂਗਣਵਾੜੀ ਵਰਕਰ ਰਣਜੀਤ ਕੌਰ ਬਲਵਿੰਦਰ ਕੌਰ ਬਲਜੀਤ ਕੌਰ ਸਰਪੰਚ ਵਿਕਰ ਸਿੰਘ ਆਦ ਵਿਅਕਤੀ ਮੌਜੂਦ ਸਨ ਪੰਜਾਬ ਦੇ ਲਾਡੋਬਾਲ ਟੋਲ ਪਲਾਜ਼ਾ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਇਹ ਵੱਡਾ ਐਲਾਨ ਪੰਜਾਬ ਦੇ ਲਾਡੋਬਾਲ ਟੋਲ ਪਲਾਜ਼ਾ ਨੂੰ ਲੈ ਕੇ ਭਾਰਤੀ ਕਿਸਾਨ ਮਜ਼ਦੂਰਾ ਯੂਨੀਅਨ ਦੇ ਪ੍ਰਧਾਨ ਦਲਬਾਖ ਸਿੰਘ ਗੱਲਤ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜੂਨ ਦੇ ਪ੍ਰਧਾਨ ਇੰਦਰਵੀਰ ਸਿੰਘ ਨੇ ਕਹਿ ਕੇ ਜਦੋਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦਾ ਉਦੋਂ ਤੱਕ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਜਾਵੇਗਾ ਉਹਨਾਂ ਨੇ ਬੀਤੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੀਟਿੰਗ ਲਈ ਸਮਾਂ ਦਿੱਤਾ ਸੀ ਪਰ ਸਵੇਰੇ ਉਹਨਾਂ ਨੂੰ ਐਸ ਡੀ ਐਮਾ ਦੇਪਕਾ ਭਾਟਿਆ ਦਾ ਪੁਣਾਇਆ ਕਿ ਅੱਜ ਜ਼ਿਲ੍ਹਾ ਮੈਜਿਸਟ੍ਰੇਟ ਸ਼ਾਖਸ਼ੀ ਸਹਨੀ ਨੇ ਚੰਡੀਗੜ੍ਹ ਮੀਟਿੰਗ ਲਈ ਜਾਣਾ ਤੇ ਜੈਸ ਲਈ ਉਹਨਾਂ ਨੂੰ ਕੋਈ ਦੰਨਾ ਬਾਅਦ ਅਗਲੀ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ ਜ਼ਿਲ੍ਹਾ ਪ੍ਰਸ਼ਾਸਨ ਨੇ 15 ਦਿਨਾਂ ਦਾ ਸਮਾਂ ਮੰਗਿਆ ਕਿ ਟੂਲ ਸ਼ੁਰੂ ਕਰਨ ਤੋਂ ਬਾਅਦ ਉਹ 15 ਦਿਨਾਂ ਦੇ ਅੰਦਰ-ਅੰਦਰ ਨੈਸ਼ਨਲ ਹਾਈਵੇ ਥਾਰਟੀ ਦੇ ਅੱਗੇ ਆਪਣੀਆਂ ਮੰਗਾਂ ਰੱਖ ਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣਗੇ ਪਰ ਤਾਂ ਗੱਲ ਤੇ ਕਾਦੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਤੇ ਟੋਲ ਪਲਾਜ਼ਾ ਚਾਲੂ ਕਰਵਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਤੇ ਉਹਨਾਂ ਨੇ ਕਹਿ ਕਿ ਜਦੋਂ ਤੱਕ ਨੈਸ਼ਨਲ ਹਾਈਵੇ ਥੌਰੀਟੀ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਟੋਲ ਪਲਾਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਖੁੱਲਣ ਦਿੱਤਾ ਜਾਵੇਗਾ